ਲੁਧਿਆਣਾ ਦੀ ਸਿਵਲ ਸਿਟੀ ਵਿਖੇ ਇੱਕ ਝਗੜੇ 'ਚ ਇੱਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ 'ਚ ਉਚਿਤ ਕਾਨੂੰਨੀ ਕਾਰਵਾਈ ਮੰਗ ਨੂੰ ਲੈ ਕੇ ਸਿਵਲ ਲਾਈਨਸ ਵਿਖੇ ਲਾਸ਼ ਨੂੰ ਸੜਕ 'ਤੇ ਰੱਖ ਪੁਲਿਸ ਵਿਰੁੱਧ ਰੋਸ ਧਰਨਾ ਕੀਤਾ ਗਿਆ। ਬਾਅਦ ਵਿੱਚ ਉੱਚ ਅਧਿਕਾਰੀਆਂ ਦੀ ਦਖਲ ਅੰਦਾਜ਼ੀ ਤੇ ਮੰਗ ਪੂਰੀ ਹੋਣ ਤੇ ਰੋਸ ਧਰਨਾ ਖਤਮ ਕੀਤਾ ਗਿਆ। ਡੈਡੀ ਨੇ ਸਿਰਫ ਇੰਨਾ ਕਿਹਾ ਸੀਗਾ ਕਿ ਬਸ ਗਲੀ ਤੁਹਾਡੀ ਕਾਰ ਖੜੀ ਹੋਈ ਹੈ, ਥੋੜੀ ਸਾਈਡ ਤੇ ਲਗਾ ਲਓ। ਵਿਸ਼ਾਲ ਬਹਿਸ ਕਰਨਾ ਸ਼ੁਰੂ ਕਰਨ ਲੱਗ ਗਿਆ। ਡੈਡੀ ਨੇ ਹੱਥੋਂ ਪਾਈ ਕਰਨੀ ਸ਼ੁਰੂ ਕਰਤੀ। ਇੰਨੇ ਚਿਰ ਨੂੰ ਵਿੱਕੀ ਆ ਗਿਆ, ਉਹਨੇ ਡੈਡੀ ਦੇ ਧੱਕਾ ਮਾਰਿਆ, ਡੈਡੀ ਉੱਥੇ ਗਿਰ ਗਏ ਮੇਰੇ। ਉਸ ਤੋਂ ਬਾਅਦ ਮਮਤਾ ਨੇ, ਤਿੰਨਾਂ ਨੇ ਮਿਲ ਕੇ ਮੇਰੇ ਡੈਡੀ ਨੂੰ, ਮਮਤਾ ਨੇ ਉਹਦੀ ਘਰ ਅੱਗੇ ਡੈਡੀ ਨੂੰ ਚਪੇੜਾਂ ਮਾਰੀਆਂ ਅਤੇ ਮੇਰੇ ਡੈਡੀ ਨੂੰ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਉਹਨਾਂ ਨੇ ਅੱਧ ਮੇਰਾ ਕਰਤਾ। ਫਿਰ ਡੈਡੀ ਨੂੰ ਅਸੀਂ ਲੈ ਕੇ ਗਏ ਅੰਦਰ, ਡੈਡੀ ਨੂੰ ਉਲਟੀਆਂ ਹੋਣ ਲੱਗ ਗਏ ਖੂਨ ਦੀਆਂ। ਉਸ ਤੋਂ ਬਾਅਦ ਅਸੀਂ ਹਸਪਤਾਲ ਲੈ ਗਏ, ਰਾਮ ਚੈਰੀਟੇਬਲ ਉਹਨਾਂ ਨੇ ਜਵਾਬ ਦਿੱਤਾ, ਫਿਰ ਉਹਨੇ ਸਿਵਲ ਰੈਫਰ ਕਰਤਾ, ਸਿਵਲ ਲੈ ਕੇ ਗਏ ਤਾਂ ਡੈਡੀ ਦੇ ਉੱਥੇ 302 ਬਣਦੀ ਹੈ, ਤਾਂ 302 ਦੇ ਤਹਿਤ ਆਪਾਂ ਪਰਚਾ ਦੇ ਰਹੇ ਹਾਂ ਐਂਡ ਅਗਲੀ ਕਾਰਵਾਈ ਉਸ ਉੱਤੇ ਫੋਲੋ ਕੀਤੀ ਜਾਏਗੀ। ਤੁਹਾਨੂੰ ਲੱਗਦਾ ਕਿ ਜਿਹੜੀ ਇਨਸਾਫ ਦੀ ਜਿਹੜੀ ਫਿਰ ਸਰਕਾਰ ਪਬਲਿਕ ਨੂੰ ਅਪੀਲ ਕਰੋਗੇ? ਨਵਾਂ ਮੈਂ ਇਹੀ ਸਮਝਾ ਸਕਦਾ, ਐਸੇ ਕੰਮ ਨਾ ਕਰੋ, ਬਾਕੀ ਇਹਨਾਂ ਦੀ ਮਰਜ਼ੀ ਹੈ ਕਿ ਆਪਾਂ ਇਹੀ ਸਮਝਾ ਸਕਦੇ ਹਾਂ, ਸਦਬੁੱਧੀ ਇਹਨਾਂ ਨੂੰ ਦੇ, ਮਰਨ ਵਾਲੀ ਕੀ ਬੇਅਦਬੀ ਨਾ ਕਰੇ। ਬਾਕੀ ਪੁਲਿਸ ਵੱਲੋਂ 302 ਦਾ ਪਰਚਾ ਦਿੱਤਾ ਜਾ ਰਿਹਾ, ਉਹਨਾਂ ਦੀ ਕਾਪੀ ਉਹ ਲੈ ਸਕਦੇ ਥਾਣੇ 'ਚ। ਲੁਧਿਆਣਾ ਤੋਂ ਦੀਪਕ ਪਾਂਡੇ ਦੇ ਨਾਲ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।